आज हैगा वा प्लस 15 फील हो रहा आज समर हो समर 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 आ गया ऐसा लग रहा समर आ ही गया फाइनली आज घरों असी कोटियां चक्कियां सी भी ठंड होनी है बाहर बट नहीं आज बहुत सोना वेदर आ फाइनली समर आ गए ने सो आप जा रहे हैं हबी ने लैके आना कोई नवी जगह ते लैके आ रहे स्पेशली नवी जगह लैके जा रहे हो चलो देखिए आप ਚੱਲੀ ਹੈ ਇਹਦੇ ਤੇ ਇੰਡੀਆ
कोई टिकट नहीं, कोई कुछ नहीं, फ्री ऑफ कॉस्ट। ਤੁਹਾਨੂੰ ਸਾਰਿਆਂ ਨੂੰ ਮੇਰੀ ਨਵੀਂ ਪਲੇਸ ਕਿੱਧਰ ਹੀ ਲੱਗੀ, ਮੈਨੂੰ ਤਾਂ ਬਹੁਤ ਵਧੀਆ ਲੱਗਿਆ ਇੱਥੇ ਆ ਕੇ। ਬਹੁਤ ਸੋਹਣਾ ਮਾਹੌਲ ਆ, ਸ਼ਾਂਤ ਵਾਤਾਵਰਨ ਆ। ਸੋ ਨਵੀਂ ਜਗ੍ਹਾ ਦਿਖਾਈ ਅੱਜ ਪਤੀ ਦੇਵ ਨੇ, ਤੁਸੀਂ ਸਾਰੇ ਜਾਣੇ ਦੇਖ ਖੜੇ ਨੇ ਮੇਰੇ ਪਤੀ ਦੇਵ, ਇਹਨਾਂ ਨੂੰ ਵੀ ਮਿਲ ਲਓ ਜਰਾ। ਇਹਨਾਂ ਨੂੰ ਕੁਝ ਜ਼ਿਆਦਾ ਹੀ ਠੰਡ ਲੱਗਦੀ ਆ, ਤੁਹਾਨੂੰ ਜ਼ਿਆਦਾ ਠੰਡ ਲੱਗਦੀ ਆ? ਇੰਨਾ ਸੋਹਣਾ ਵੈਦਰ ਆ, ਆ ਤਾਂ ਠੰਡ ਹੀ ਨਹੀਂ ਬਾਹਰ। ਸੋ ਅੱਜ ਦੀ ਪਲੇਸ ਬਹੁਤ ਜ਼ਿਆਦਾ ਸੋਹਣੀ ਸੀਗੀ, ਬਹੁਤ ਵਧੀਆ ਲੱਗੀ। ਬਾਹਰ ਨਿਕਲ ਕੇ ਥੋੜਾ ਜਿਹਾ ਆਰਾਮ ਆਇਆ, ਸਾਹ ਆਇਆ। ਸੋ ਗਾਈਜ਼, ਇਹ ਸੀਗਾ ਸੈਲ ਕ੍ਰਿਕ ਦਾ ਮੈਰੀਅਨ ਮਿਊਜ਼ੀਅਮ, ਬਹੁਤ ਵਧੀਆ ਲੱਗਿਆ ਆਪਾਂ ਨੂੰ। ਸੋ ਗਾਈਜ਼, ਤੁਸੀਂ ਆਪਦੇ ਬੱਚਿਆਂ ਨੂੰ ਜਰੂਰ ਇੱਥੇ ਲੈ ਕੇ ਆਇਓ। ਸੋ ਅੱਜ ਆਰਵ ਸਾਡੇ ਨਾਲ ਆਇਆ ਨਹੀਂ ਹੈਗਾ, ਕਿਉਂਕਿ ਸੋਫੀਆ ਦੇ ਡਾਕਟਰ ਕੋਲ ਜਾਣਾ ਸੀਗਾ, ਅਸੀਂ ਸੋਫੀਆ ਨੂੰ ਲੈ ਕੇ। ਸੋ ਜਦੋਂ ਥੋੜਾ ਜਿਹਾ ਮਾਹੌਲ ਸਹੀ ਹੋ ਗਿਆ ਤਾਂ ਤੁਸੀਂ ਇੱਥੇ ਬੱਚਿਆਂ ਨੂੰ ਲੈ ਕੇ ਆਇਓ ਤੇ ਵੱਡੇ ਵੱਡੇ ਸ਼ਿਪ ਦਿਖਾਇਓ। ਸੋ ਆਪਾਂ ਆਰਵ ਨੂੰ ਵੀ ਲੈ ਕੇ ਆਵਾਂਗੇ, ਆਰਵ ਨੂੰ ਵੀ ਦਿਖਾਵਾਂਗੇ। ਅੱਜ ਬਾਈ ਚਾਂਸ ਹੀ ਸਾਡਾ ਪਲਾਨ ਬਣ ਗਿਆ ਤੇ ਮੈਨੂੰ ਕਹਿੰਦੇ ਮੈਂ ਤੈਨੂੰ ਨਵੀਂ ਜਗ੍ਹਾ ਦਿਖਾਉਣਾ ਵਾ। ਸੋ ਅਸੀਂ ਨਵੀਂ ਜਗ੍ਹਾ ਦੇਖਣ ਆਏ ਸੀ, ਬਟ ਅਸੀਂ ਸੋਫੀਆ ਨੂੰ ਬਾਹਰ ਨਹੀਂ ਕੱਢਿਆ, ਸਿਰਫ ਮੈਂ ਇਕੱਲੀ ਗਈ ਸੀ ਦੇਖਣ, ਇਹਨਾਂ ਨੇ ਤਾਂ ਪਹਿਲਾਂ ਦੇਖਿਆ ਹੀ ਹੋਇਆ ਸੀਗਾ। ਤੇ ਹੁਣ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਆ, ਮੈਂ ਕਿਹਾ ਹੁਣ ਜਦੋਂ ਨੈਕਸਟ ਟਾਈਮ ਆਏ ਨਾ, ਨੈਕਸਟ ਵੀਕ ਆਪਾਂ ਆਰਵ ਨੂੰ ਨਾਲ ਲੈ ਕੇ ਆਉਣਾ, ਕਿਉਂਕਿ ਆਰਵ ਨੂੰ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਸ਼ੌਂਕ ਆ। ਵੀ ਹੁਣ ਮੈਨੂੰ ਪਤਾ, ਉਹਨੇ ਮੇਰੀ ਵੀਡੀਓ ਦੇਖ ਕਹਿਣਾ ਮੰਮਾ ਤੁਸੀਂ ਮੈਨੂੰ ਇੱਥੇ ਲੈ ਕੇ ਨਹੀਂ ਗਏ ਹੈਗੇ। ਸੋ ਨੈਕਸਟ ਵੀਕ ਜ਼ਰੂਰ ਆਪਾਂ ਆਰਵ ਨੂੰ ਲੈ ਕੇ ਆਵਾਂਗੇ। ਸੋ ਜਦੋਂ ਮਾਹੌਲ ਠੀਕ ਹੋ ਗਿਆ ਰਾਈਟ, ਤੇ ਤੁਸੀਂ ਵੀ ਪਹਿਲਾਂ ਜਦੋਂ ਅਸੀਂ ਮਿਊਜ਼ੀਅਮ ਦੇਖਣ ਗਏ ਸੀ, ਉਦੋਂ ਪਤੀ ਦੇਵ ਸੋਫੀਆ ਨਾਲ ਕਾਰ 'ਚ ਸੀਗੇ। ਸੋ ਇੱਥੇ ਕਹਿੰਦੇ ਨਹੀਂ, ਮੈਂ ਸੋਫੀਆ ਨੂੰ ਵੀ ਨਾਲ ਲੈ ਕੇ ਜਾਣਾ ਵਾ। ਮੈਂ ਕਿਹਾ ਇਟਸ ਓਕੇ। ਸੋ ਫਿਰ ਅਸੀਂ ਸੋਫੀਆ ਨੂੰ ਵੀ ਬਾਹਰ ਦਿਖਾਇਆ, ਜੋ ਵੀ ਦੇਖੇ ਹੈਰਾਨ ਸੀ ਵੀ ਕਿੱਧਰ ਲਈ ਫਿਰਦੇ ਨੇ ਮੈਨੂੰ। Thank you.
ਸੋ ਗਾਈਜ਼, ਇਹ ਹੈਗਾ ਵਾ ਸੈਲ ਕ੍ਰਿਕ ਦਾ ਘੰਟਾ ਘਰ। ਜਿਵੇਂ ਲੁਧਿਆਣੇ ਵਿੱਚ ਘੰਟਾ ਘਰ ਹੈਗਾ, ਇੱਦਾਂ ਹੀ ਇਹ ਸੈਲ ਕ੍ਰਿਕ ਦੇ ਵਿੱਚ ਆ। ਜਾ ਰਹੇ ਵਾਪਸ ਘਰੇ, ਜ਼ਿਆਦਾ ਦਿਨ ਬਾਹਰ ਰਹਿਣਾ ਚੰਗਾ ਨਹੀਂ। Thank you.
ਸੋ ਗਾਈਜ਼ ਇਹਦਾਂ ਦੀਆਂ ਵੀਡੀਓ ਦੇਖਣੀਆਂ ਨੇ ਜੇ ਤੁਸੀਂ ਮੇਰੇ ਵਲੌਗ ਦੇ ਵਿੱਚ ਤਾਂ ਪਲੀਜ਼ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰੋ, ਫਿਰ ਲਾਈਕਸ ਕਰੋ, ਫਿਰ ਕਮੈਂਟ ਕਰੋ, ਫਿਰ ਸ਼ੇਅਰ ਕਰੋ। ਆਪਾਂ ਬਹੁਤ ਜਲਦੀ ਆਵਾਂਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਰਿਆਂ ਦੇ ਲਈ। ਸੋ ਗਾਈਜ਼ ਤੁਹਾਨੂੰ ਸਾਰਿਆਂ ਨੂੰ ਮੇਰੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਐਂਡ ਡੋਂਟ ਫਰਗੈਟ ਸਬਸਕ੍ਰਾਈਬ ਮਾਈ ਚੈਨਲ। ਆਪਾਂ ਮਿਲਦੇ ਇੱਕ ਨਵੀਂ ਵੀਡੀਓ ਨਾਲ, ਬਾਏ।